ਸਤਿ ਸ਼੍ਰੀ ਅਕਾਲ ਬਾਪੂ ਜੀ। ਕੀ ਨਾਮ ਹੈ ਬਾਪੂ ਜੀ ਤੁਹਾਡਾ? ਮੇਰਾ ਨਾਮ ਹਰਬੰਦ ਸਿੰਘ ਹੈ, ਪਿਤਾ ਜੀ ਦਾ ਨਾਮ ਕਰਤਾਰ ਸਿੰਘ। ਮੈਂ ਜਸੂਰ ਦੇ ਇਲਾਕੇ ਗਾਲੇਵਾਲ ਪਿੰਡ ਉੱਥੇ ਦਾ ਰਹਿਣ ਵਾਲਾ।
ਮੇਰੇ ਨੂੰ ਥੋੜ੍ਹੀ ਜਿਹੀ ਤਕਲੀਫ ਸੀ ਪੈਰਾਂ ਦੀ ਗੋਡਿਆਂ ਦੀ, ਅਤੇ ਸਾਨੂੰ ਪਿੰਡ ਦੇ ਵਿੱਚੋਂ ਸਾਡੇ ਇੱਕ ਦੋ ਘਰਾਂ ਨੇ ਉਹਨਾਂ ਦੇ ਜਨਾਨੀਆਂ ਨੇ ਆਪਰੇਸ਼ਨ ਕਰਵਾਏ, ਉਹਨਾਂ ਕੋਲ ਉਹਨਾਂ ਨੇ ਸਾਨੂੰ ਸਵਾਲ ਦਿੱਤੀ ਵੀ ਤੁਸੀਂ ਜਲੰਧਰ ਜਾਓ, ਹੈ ਡਾਕਟਰ ਹਰਪ੍ਰੀਤ ਦੇ ਗੋਡਿਆਂ ਦਾ ਸਪੈਸ਼ਲਿਸਟ, ਅਤੇ ਤੁਸੀਂ ਉਹਨਾਂ ਦੇ ਕੋਲ ਜਾਓ ਤਾਂ ਤੁਹਾਡੇ ਗੋਡੇ ਉਹ ਜ਼ਰੂਰ ਠੀਕ ਹੋ ਜਾਣਗੇ, ਤੁਸੀਂ ਅੱਗੇ ਵਾਸਤੇ ਚੱਲ ਫਿਰ ਸਕੋਗੇ। ਇਸ ਤੋਂ ਪਹਿਲਾਂ ਵੀ ਮੇਰਾ ਨਾ ਹਾਰਟ ਦੀ ਪ੍ਰੋਬਲਮ ਸੀ, ਅਤੇ ਮੈਂ ਕੁਰਸੀ ਹਸਪਤਾਲ 'ਚ ਹਾਰਟ ਦੀ ਪ੍ਰੋਬਲਮ ਪਾਈ, ਕਿਉਂਕਿ ਬਾਅਦ 'ਚ ਥੋੜ੍ਹੇ ਦਿਨ ਠੀਕ ਰਿਹਾ ਮੈਂ, ਅਤੇ ਫਿਰ ਉਸ ਤੋਂ ਬਾਅਦ ਫਿਰ ਥੋੜ੍ਹਾ ਜਿਹਾ ਮੇਰਾ ਹਾਰਟ ਦਾ ਜਿਹੜਾ 24% ਮੇਰਾ ਹਾਰਟ ਜਿਹੜਾ ਕੰਮ ਕਰਦਾ ਸੀ ਕਮਜ਼ੋਰ ਸੀ, ਅਤੇ ਮੈਂ ਇਹ ਗੱਲ ਸਾਰੀ ਫਿਰ ਡਾਕਟਰ ਹਰਪ੍ਰੀਤ ਸਾਹਿਬ ਨੂੰ ਦੱਸੀ, ਅਤੇ ਉਹ ਕਹਿੰਦੇ ਕਿ ਤੁਸੀਂ ਇਸ ਤਰ੍ਹਾਂ ਕਰੋ, ਇੰਨੀ ਤਕਲੀਫ ਤੁਹਾਨੂੰ ਹੋ ਰਿਹਾ ਹੋਇਆ ਵੀ ਤੁਹਾਡਾ ਹਰ ਕੰਮ ਨਹੀਂ ਕਰਦਾ, ਅਤੇ ਹੋ ਸਕਦਾ ਕੱਲ੍ਹ ਨੂੰ ਕੋਈ ਇਹੋ ਜਿਹੇ ਖਰਾਬ ਚਾਂਸ ਵੀ ਆ ਸਕਦੇ ਹਨ, ਅਤੇ ਤੁਸੀਂ ਆਪਣਾ ਪੇਸ਼ੈਂਟ ਕਰਵਾ ਦਿਓ। ਅਤੇ ਉਹਨਾਂ ਨੇ ਸਾਨੂੰ ਡੇਟ ਦਿੱਤੀ, ਉਹ ਡੇਟ ਪਰਵਾਏ ਅਸੀਂ ਉਹਨਾਂ ਦੇ ਹਸਪਤਾਲ 'ਚ ਚਲੇ ਗਏ, ਅਤੇ ਸਵੇਰੇ ਗਏ ਅਤੇ ਕਹਿੰਦੇ ਕਿ ਦੂਸਰੇ ਦਿਨ ਤੁਹਾਡਾ ਪੇਸ਼ੈਂਟ, ਅਤੇ ਦੂਸਰੇ ਦਿਨ ਸ਼ਾਮ ਦੇ ਟਾਈਮ 'ਤੇ ਅਸੀਂ ਸਾਨੂੰ ਜੋ ਉਹਨਾਂ ਨੇ ਡੇਟ ਦਿੱਤੀ ਅਤੇ ਟਾਈਮ ਦਿੱਤਾ ਸੀ ਉਸ ਟਾਈਮ ਦੇ ਮੁਤਾਬਿਕ ਪੇਸ਼ੈਂਟ ਥੇਟਰ 'ਚ ਪਹੁੰਚ ਗਏ। ਉੱਥੇ ਪਿਆਜ ਪੂਜ ਕਰਦੇ ਇੱਕ ਘੰਟੇ 'ਚ ਉਹਨਾਂ ਨੇ ਜਿਹੜੀ ਹੈਲਪ ਕੀਤੀ, ਡਾਕਟਰ ਸਾਹਿਬ ਆਏ ਉਹਨਾਂ 15-16 ਮਿੰਟਾਂ ਦੇ ਵਿੱਚ ਸਾਡਾ ਪੇਸ਼ੈਂਟ ਬਿਲਕੁਲ ਸੋਹਣਾ ਕਰ ਦਿੱਤਾ। ਜੇ ਬਜਾਵਤ ਅੱਜ ਮੈਂ ਥੋੜ੍ਹਾ ਬਹੁਤਾ ਚੱਲ ਸਕਦਾ, ਇੱਕ ਰਾਤ ਦਾ ਟਾਈਮ ਸੀ ਉਸਦੇ ਗਰਾਂਟ ਨੂੰ ਕੀਤਾ, ਦੂਜੇ ਨੇ ਅਸੀਂ ਚੱਲਦੇ ਫਿਰਦੇ। ਅਤੇ ਮੈਂ ਤਾਂ ਲੋਕਾਂ ਨੂੰ ਇਹੀ ਸਲਾਹ ਦਾਂਗਾ ਕਿ ਜਿਹਨੂੰ ਵੀ ਕੋਈ ਇਸ ਚੀਜ਼ ਦੀ ਤਕਲੀਫ ਗੁਜਰਿਆ ਸੀ ਉਹ ਜ਼ਰੂਰ ਜਲੰਧਰ ਪਹੁੰਚਣ ਡਾਕਟਰ ਹਰਪ੍ਰੀਤ ਦੇ ਹਸਪਤਾਲ ਦੇ ਵਿੱਚ, ਅਤੇ ਆਪਣਾ ਇਲਾਜ ਕਰਾਉਣ, ਤਾਂ ਕਿ ਉਹਨਾਂ ਤੋਂ ਉਹ ਵੀ ਆਪਣੀ ਜ਼ਿੰਦਗੀ ਦੇ ਵਿੱਚ ਚੱਲ ਫਿਰ ਸਕਣ। ਬਹੁਤ ਹੀ ਵਧੀਆ ਉਹਨਾਂ ਦਾ ਕੰਮ ਚੱਲ। ਤੁਹਾਡੇ ਕੀ ਲੱਗਦੇ? ਮੇਰੇ ਨਾਨਾ ਜੀ ਲੱਗਦੇ। ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਹੁਣ ਕਿ ਇਹਨਾਂ ਦਾ ਆਪਰੇਸ਼ਨ ਬਹੁਤ ਵਧੀਆ ਹੋ ਗਿਆ? ਜਿਵੇਂ ਕਿ ਇਹ ਦੱਸ ਰਹੇ ਨੇ ਕਿ ਪਹਿਲਾਂ 24% ਇਹਨਾਂ ਦਾ ਹਾਰਟ ਕੰਮ ਕਰਦਾ ਸੀ, ਠੀਕ ਹੈ, ਹੁਣ ਦੇਖੋ ਬਿਲਕੁਲ ਠੀਕ ਨੇ, ਤੁਹਾਡੇ ਸਾਹਮਣੇ ਨੇ, ਠੀਕ ਹੈ, ਹੁਣ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਕਿ ਇਹਨਾਂ ਨੂੰ ਬਿਲਕੁਲ ਅੱਛੇ ਤਰੀਕੇ ਨਾਲ ਚੱਲਦੇ ਫਿਰਦੇ ਦੇਖ ਕੇ, ਬਿਲਕੁਲ ਠੀਕ ਦੇਖ ਕੇ ਕੀ ਲੱਗ ਰਿਹਾ ਤੁਹਾਨੂੰ ਕਿੱਦਾਂ ਦਾ? ਸਾਨੂੰ ਇਹ ਲੱਗ ਰਿਹਾ ਕਿ ਬਿਲਕੁਲ ਬਈ ਅੱਛੀ ਤਰ੍ਹਾਂ ਇਹ ਠੀਕ ਹੋ ਜਾਣਗੇ, ਕਿਉਂਕਿ ਬੜਾ ਵਧੀਆ ਇਹਨਾਂ ਦਾ ਆਪਰੇਸ਼ਨ ਹੋ ਚੁੱਕਾ ਹੈ, ਅਤੇ ਇਹਨਾਂ ਦੀ ਰਿਕਵਰੀ ਬਹੁਤ ਜਲਦੀ ਹੋ ਜਾਏਗੀ। ਅਸੀਂ ਡਾਕਟਰ ਸਾਹਿਬ ਦਾ ਇਹ ਤਾਂ ਮਤ ਕਰਦੇ ਹਾਂ ਕਿ ਬਹੁਤ ਵਧੀਆ ਆਪਰੇਸ਼ਨ ਉਹਨੇ ਕੀਤਾ, ਬਾਕੀ ਆਪਣੇ ਲੋਕਾਂ ਨੂੰ ਵੀ ਅਸੀਂ ਇਹੀ ਸੁਣਾਇਆ ਦੇਵਾਂ ਕਿ ਉਹ ਜਲਦੀ ਜਲਦੀ ਇੱਥੇ ਆ ਕੇ ਅਗਰ ਕਿਸੇ ਨੂੰ ਕੋਈ ਤੰਗੀ ਹੈਗੀ ਤਾਂ ਇੱਥੇ ਆਪਰੇਸ਼ਨ ਲਈ ਦੇਣ। ਹਰਬੰਸ ਸਿੰਘ ਜੀ, ਮੈਂ ਰਾਜੋਆ ਦਾ ਰਹਿਣ ਵਾਲਾ, ਜਿਹੜਾ ਦਸਵੀਂ ਦੇ ਲਾਗੇ ਪੈਂਦਾ। ਕਿੰਨੀ ਉਮਰ ਹੈ ਤੁਹਾਡੀ ਬਾਪੂ ਜੀ? 75 ਸਾਲ। 75 ਸਾਲ ਜੀ। ਕੀ ਦਿੱਕਤ ਸੀਗੀ ਤੁਹਾਨੂੰ? ਪੈਰਾਂ ਦੇ ਗੋਡਿਆਂ ਦੀ ਠੀਕ ਆ ਰੱਖਦੀ। ਕੀ ਦਿੱਕਤ ਸੀਗੀ ਪਹਿਲਾਂ ਗੋਡਿਆਂ ਦੀ? ਗੋਡਿਆਂ ਦੀ ਇਹ ਸੀ ਕਿ ਥੋੜ੍ਹੀ ਦਰਦ ਕਰਦੇ ਸਨ। ਇੱਥੋਂ ਚੱਲਿਆ ਫਿਰ ਨਹੀਂ ਸੀ ਜਾਂਦਾ? ਨਹੀਂ ਸੀ ਚੱਲਦਾ, ਬਿਲਕੁਲ ਨਹੀਂ ਇਹ ਜਾਂਦਾ। ਬਹੁਤ ਜਿਹਦਾ ਲੱਕੜੀ ਦਾ ਸਹਾਰਾ ਲੈ ਕੇ ਖੁੰਦੀ ਦਾ ਤਾਂ ਤੁਰ ਦੇਖ ਲੈਂਦਾ। ਠੀਕ ਹੈ। ਹੋਰ ਕੋਈ ਦਿੱਕਤ ਸੀ ਤੁਹਾਨੂੰ? ਉਹ ਇਸ ਤੋਂ ਪਹਿਲਾਂ ਮੈਂ ਸਾਹ ਦੀ ਪ੍ਰੋਬਲਮ ਸੀ, ਮੇਰੀ ਨਾਲਾਂ ਬਲੌਕ ਸਨ, ਜਿਹਦੇ ਜਪਾਈ ਬਾਈਪਾਸ ਦਾ ਆਪਰੇਸ਼ਨ ਜਿਹੜਾ ਉਹ ਕੀਤਾ। ਅੱਛਾ, ਹਾਰਟ ਦੀ ਪ੍ਰੋਬਲਮ ਸੀ ਤੁਹਾਨੂੰ? ਠੀਕ ਹੈ ਜੀ। ਹੁਣ ਤੁਹਾਡਾ ਆਪਰੇਸ਼ਨ ਹੋ ਗਿਆ? ਹਾਂਜੀ, ਜਿਹੜਾ ਗੋਡਿਆਂ ਦਾ ਆਪਰੇਸ਼ਨ ਜਿਹੜਾ ਉਹ ਕੱਲ੍ਹ ਕੀਤਾ। ਅੱਛਾ। ਹਾਂਜੀ, ਅਸੀਂ ਸਾਰੇ 7 ਵਜੇ ਗਏ ਅਤੇ ਮੈਨੂੰ ਤਿਆਰ ਤੁਰ ਕਰਕੇ ਉਹਨਾਂ ਨੇ ਇੱਕ ਘੰਟਾ ਰਾਤ ਆ, ਤਾਂ ਡਾਕਟਰ ਸਾਹਿਬ ਬਾਅਦ 'ਚ ਆਏ ਅਤੇ ਉਹਨਾਂ 15-16 ਮਿੰਟਾਂ 'ਚ ਮੇਰਾ ਆਪਰੇਸ਼ਨ ਜਿਹੜਾ ਕੰਪਲੀਟ ਕੀਤਾ। ਕੰਪਲੀਟ ਕਰਤਾ। ਤੁਹਾਡਾ ਆਪਰੇਸ਼ਨ ਕੱਲ੍ਹ ਹੋਇਆ? ਹਾਂਜੀ। ਤੁਹਾਨੂੰ ਖੜ੍ਹੇ ਕਦੋਂ ਕੀਤਾ ਇਹਨਾਂ ਨੇ? ਹਜੇ ਸਵੇਰੇ। ਉਸੇ ਅਗਲੇ ਦਿਨ ਸਵੇਰੇ ਖੜੇ ਕਰਤਾ ਤੁਹਾਨੂੰ? ਹੁਣ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ? ਨਹੀਂ, ਹੋਰ ਤਾਂ ਬਿਲਕੁਲ ਸਭ ਠੀਕ ਠਾਕ। ਹੁਣ ਤੁਸੀਂ ਤੁਰ ਕੇ ਦਿਖਾਓਗੇ? ਵਧੀਆ ਚੱਲ ਫਿਰ ਲੈਂਦੇ ਹੋ? ਹਾਂ, ਫਿਰ ਚੱਲਾਂਗੇ ਹੌਲੀ ਥੋੜ੍ਹਾ ਜਿਹਾ, ਕਿਉਂਕਿ ਅਜੇ ਇੱਕ ਦਿਨ ਦੇ ਇੱਕ ਰਾਤ ਗਈ ਹੈ, ਬਾਅਦ ਨੂੰ 24 ਘੰਟੇ ਹੋਏ ਨੇ। ਅੱਛਾ, ਅਤੇ ਉਹਦੀ ਕੋਸ਼ਿਸ਼ ਕਰਾਂਗੇ ਚੱਲਣ ਦੀ। ਠੀਕ ਹੈ ਜੀ। ਆਂਟੀ ਜੀ ਕਹਿੰਦੇ ਹਾਰਟ ਦੀ ਪ੍ਰੋਬਲਮ ਸੀ ਤੁਹਾਨੂੰ, ਕੀ ਗੱਲ ਸੀ ਆਂਟੀ ਜੀ? ਅਨੀ ਹਾਰਟ ਦੀ ਕੀ ਪ੍ਰੋਬਲਮ ਸੀ ਇਹਨਾਂ ਨੂੰ ਆ ਰਹੀ? ਇਹਨਾਂ ਦੀ ਹੁਣ ਮਤਲਬ ਲੀਵਰ ਨਾਲ ਪਾਣੀ ਸੀ, ਉਹਦੇ ਸਾਹ ਨੂੰ ਰੁਕਦਾ ਸੀ, ਉਹਦੀ ਦਵਾਈ ਖਾਦੀ। ਅੱਛਾ, ਜਿੱਦਾਂ ਬਾਪੂ ਜੀ ਕਹਿ ਰਹੇ 24% ਇਹਨਾਂ ਦਾ ਹਾਰਟ ਕੰਮ ਕਰਦਾ ਸੀ, ਉਹਦੇ ਨਾਲ ਕਮਜ਼ੋਰ ਹੈ। ਅੱਛਾ, ਹੁਣ ਬਿਲਕੁਲ ਠੀਕ ਨੇ? ਅੱਛਾ, ਹੁਣ ਠੀਕ ਨੇ, ਪਾਣੀ ਨਹੀਂ ਭਰਦੇ, ਪਾਣੀ ਭਰ ਦਿੱਤੇ। ਠੀਕ ਹੈ ਜੀ, ਠੀਕ ਹੈ।
ਜਦੋਂ ਤੁਹਾਨੂੰ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਵੀ 24% ਹਾਰਡ ਕੰਮ ਕਰਦਾ ਤੁਸੀਂ ਕਿਹਾ ਉਹ ਕਿਤੇ ਨਹੀਂ ਆਈ ਸੀ ਗੱਲਾਂ ਪੁੱਛੀਆਂ ਉਹਨਾਂ ਸਾਨੂੰ ਹਾਂਜੀ ਅਸੀਂ ਸਾਰੀਆਂ ਦੱਸੀਆਂ ਕਰਿਆ ਪ੍ਰੋਬਲਮ ਤੇ ਉਹਨਾਂ ਨੇ ਵੀ ਦੱਸਿਆ ਹਾਂਜੀ ਵੀ ਇੰਨਾ ਕੰਮ ਕਰਦਾ ਇਹਨਾਂ ਦਾ ਦਿਲ ਤੁਹਾਨੂੰ ਕੋਈ ਇਤਰਾਜ਼ ਤੇ ਨਹੀਂ ਕੋਈ ਗੜਬੜ ਹੋ ਜਾਏ ਕੋਈ ਗੱਲਬਾਤ ਹੋ ਜਾਏ ਹਾਂਜੀ ਤੁਹਾਨੂੰ ਮਨਜ਼ੂਰ ਹੈ ਤਾਂ ਅਸੀਂ ਪੇਸ਼ੈਂਟ ਕਰਨਾ ਹਾਂਜੀ ਤੁਸੀਂ ਕੀ ਕਿਹਾ ਸਾਨੂੰ ਕੋਈ ਗੱਲ ਨਹੀਂ ਤੁਸੀਂ ਕਰੋ ਅਸੀਂ ਪਰਮਾਤਮਾ ਦੇ ਹੱਥ ਜੋੜਨੇ ਨੂੰ ਠੀਕ ਕਰਨ ਤੁਸੀਂ ਤਾਂ ਠੀਕ ਠੀਕ ਕਰੋ चलो बापू जी थोड़ा तुर के दिखाओ की नाम है तुहाडा बापू जी मेरा नाम हरपन सिंह जी ਅਸੀਂ ਪਹਿਲਾਂ ਹੀ 21 ਦੀ ਨੇ ਆਏ ਸਾਂ 21 ਤਰੀਕ ਨੂੰ ਤੁਹਾਡਾ ਆਪਰੇਸ਼ਨ ਕਿਦਾਂ ਹੋਇਆ ਫਿਰ ਆਪਰੇਸ਼ਨ ਤਾਂ ਕੱਲ ਹੀ ਹੈ ਤਾਂ ਹੁਣ ਤੁਸੀਂ ਕਿੱਦਾਂ ਦਾ ਲੱਗ ਰਿਹਾ ਹੁਣ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ ਕੱਲ ਰਿਹਾ ਤਾਂ ਕੁਝ ਵੀ ਇਹ ਚੱਲ ਰਿਹਾ ਥੋੜ੍ਹੀ ਤਕਲੀਫ ਠੀਕ ਹੈ ਅੱਛਾ ਜੀ ਗੋਡੇ ਨੂੰ ਪ੍ਰੋਬਲਮ ਗੋਡੇ ਨਵੇਂ ਪਾਏ ਨੇ ਦੋਵੇਂ ਪਾਏ ਹੁਣ ਠੀਕ ਹੋ ਬਿਲਕੁਲ ਆ ਬਿਲਕੁਲ ਠੀਕ ਹੈ ਜੇ ਆਸਤੇ ਆਸਤੇ ਠੀਕ ਹੋਵਾਂਗੇ ਵੈਸੇ ਗੋਡੇ ਚੰਗੀ ਤਰ੍ਹਾਂ ਪੈ ਗਏ ਠੀਕ ਆ ਵਧੀਆ ਪੈ ਹੋ ਗਏ दिल कमजोर सी काम करदा सी ऑपरेशन किया डॉक्टर हरप्रीत ने ठीक है हुण तुसीं वधिया चल फिर रहे हो प्रैक्टिस करने चलन की एक दिन जल्दी नहीं चल सकते आस्ते आस्ते ठीक हो जाएगा कल ऑपरेशन कितने होया कल तुहाडा किन्ने बजे होया कल तकरीबन साढ़े सत्त बजे शुरू ते गए सी फिर हाँ जी विशेष तो उन्होंने साड़ी तैयारी कुछ की मतलब सब हाँ जी हाँ उस तो बाद डॉक्टर साहब आए हाँ जी फिर मेरा जो डॉक्टर साहब गए उदो कि टाइम लगा 14-15 मिनट लगे सारे ਕੋਸ਼ਿਸ਼ ਕਰਨੀ ਆ ਚਲੋ